ਵਾਲੇ ਲੋਕਾਂ ਨੂੰ ਉੱਲੂ ਬਣਾ ਕੇ ਉਹਨੂੰ ਏਟੀਐਮ ਬਦਲ ਕੇ ਬੈਂਕਾਂ ਤੋਂ ਪੈਸੇ ਕਢਾਉਣ ਦੇ ਮਾਮਲੇ ਵਿੱਚ ਪੁਲਿਸ ਨੂੰ ਭਾਰੀ ਸਫਲਤਾ ਮਿਲੀ, ਜਦੋਂ ਦੋ ਵਿਅਕਤੀਆਂ ਨੂੰ 200 ਰੁਪਏ ਠੱਗਣ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਸੀਏਏ ਸਟਾਫ ਦੇ ਇੰਚਾਰਜ ਅਤੇ ਡੀਐਸਪੀ ਨੇ ਦੱਸਿਆ ਕਿ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ 126 ਦੇ ਕਰੀਬ ਏਟੀਐਮ ਕਾਰਡ, ਸਰਕਾਰੀ ਮਸ਼ੀਨ ਅਤੇ ਵਰਤੀ ਜਾਂਦੀ ਗੱਡੀ ਬਰਾਮਦ ਕੀਤੀ ਗਈ ਹੈ। ਦੱਸਿਆ ਕਿ ਇਹਨਾਂ ਵਿਰੁੱਧ ਵੱਖ ਵੱਖ ਜ਼ਿਲ੍ਹਿਆਂ ਵਿੱਚ ਅਤੇ ਵੱਖ ਵੱਖ ਸਟੇਟਾਂ ਵਿੱਚ ਕਈ ਮਾਮਲੇ ਦਰਜ ਨੇ, ਇਹਨਾਂ ਵੱਲੋਂ ਤੋਂ ਲੱਖਾਂ ਰੁਪਏ ਬਰਾਮਦ ਕੀਤੇ ਗਏ ਨੇ। ਕੀ ਇਹ ਸਾਰਾ ਮਾਮਲਾ ਤੁਹਾਨੂੰ ਡੀਐਸਪੀ ਇਸ ਸੰਬੰਧੀ ਕੀ ਜਾਣਕਾਰੀ ਦੇ ਰਹੇ ਨੇ? ਜਗਵੰਤ ਟੀਵੀ ਲਈ ਮੈਂ ਰੀਸ਼ ਬਟਲਾ, ਸੀਏ ਸਟਾਫ ਖਰੜ। ਐਸਐਸਪੀ ਮੋਹਾਲੀ ਸ਼੍ਰੀ ਦੀਪਕ ਪਾਰਕ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀਆਈਏ ਦੀ ਟੀਮ ਵੱਲੋਂ ਇੱਕ ਜਿਹੜਾ ਇੰਟਰ ਸਟੇਟ ਗੈਂਗ ਸੀਗਾ, ਏਟੀਐਮ ਫਰੌਡ ਗੈਂਗ, ਉਹਦੇ ਦੋ ਮੈਂਬਰਸ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਦੋ ਮੈਂਬਰ ਸੀਗੇ, ਇਹਨਾਂ ਕੋਲ ਇੱਕ ਵੈਨਿਊ ਕਾਰ ਸੀ, ਵੈਨਿਊ ਕਾਰ ਦੇ ਥਰੂ ਆਪਰੇਟ ਕਰਦੇ ਸੀਗੇ। ਅੱਡ ਅੱਡ ਏਟੀਐਮਸ 'ਤੇ ਜਾ ਕੇ ਜਿੱਥੇ ਕੋਈ ਬਜ਼ੁਰਗ ਜਾਂ ਕੋਈ ਓਲਡ ਏਜ ਵਿਅਕਤੀ ਜਾਂ ਕੋਈ ਹੋਰ ਲੇਡੀਜ਼, ਉਹਨਾਂ ਤੋਂ ਇਹ ਹੈਲਪ ਕਰਨ ਦੇ ਬਹਾਨੇ ਉਹਨਾਂ ਦਾ ਏਟੀਐਮ ਫੜ ਕੇ ਉਹ ਏਟੀਐਮ ਚੇਂਜ ਕਰਦੇ ਸੀ। ਉਸ ਤੋਂ ਬਾਅਦ ਉਸ ਏਟੀਐਮ 'ਚੋਂ ਪੈਸੇ ਕਢਾਉਂਦੇ ਸੀ। ਇਹਨਾਂ ਕੋਲੋਂ ਕਰੀਬ ਅਸੀਂ 126 ਏਟੀਐਮ, ਇੱਕ ਵਾਰਦਾਤ 'ਚ ਵਰਤੇ ਜਾਣ ਵਾਲੀ ਵੈਨਿਊ ਗੱਡੀ, ਇੱਕ ਸਵਾਈਪ ਮਸ਼ੀਨ ਅਤੇ 385,000 ਰੁਪਏ ਰਿਕਵਰ ਕੀਤੇ ਨੇ। ਇਹਨਾਂ ਦੇ ਖਿਲਾਫ਼ ਅਸੀਂ 8ਵੇਂ ਮਹੀਨੇ 'ਚ 24 ਅਗਸਤ ਨੂੰ ਜੀਰਕਪੁਰ ਥਾਣੇ 'ਚ ਮੁਕੱਦਮਾ ਦਰਜ ਕੀਤਾ ਸੀਗਾ। ਇਹ ਹਾਂਸੀ ਦੇ ਰਹਿਣ ਵਾਲੇ ਸੀ, ਹਿਸਾਰ ਹਰਿਆਣੇ ਦੇ, ਅਤੇ ਅਸੀਂ ਪਹਿਲਾਂ ਉੱਥੇ ਰੇਡਸ ਕਰਦੇ ਰਹੇ ਅੱਡ ਅੱਡ ਡੇਟਸ ਨੂੰ, ਫਿਰ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੇ ਥਰੂ, ਅੱਡ ਅੱਡ ਸੋਰਸਾਂ ਦੇ ਥਰੂ ਇਨਫੋਰਮੇਸ਼ਨ ਕਲੈਕਟ ਕਰਕੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਤੇ ਕੀ ਕੁਛ ਇਹਨਾਂ ਕੋਲੋਂ ਬਰਾਮਦ ਹੋਇਆ ਜੀ? ਇਹਨਾਂ ਕੋਲੋਂ ਜੀ ਸਾਨੂੰ 126 ਏਟੀਐਮ ਬਰਾਮਦ ਹੋਏ ਨੇ, ਇੱਕ ਸਵਾਈਪ ਮਸ਼ੀਨ ਜਿਹੜੀ ਇਹ ਯੂਜ਼ ਕਰਦੇ ਸੀਗੇ, ਇੱਕ ਗੱਡੀ ਜਿਹੜੀ ਵਾਰਦਾਤ ਜਿੱਤੇ ਟਰੈਵਲ ਕਰਦੇ ਸੀਗੇ। ਇਹ ਇੱਕ ਇੰਟਰ ਸਟੇਟ ਗੈਂਗ ਹੈ, ਇਹ ਇਕੱਲਾ ਪੰਜਾਬ 'ਚ ਨਹੀਂ, ਹਰਿਆਣਾ, ਯੂਪੀ, MP, ਅੱਡ ਅੱਡ ਸਟੇਟ 'ਚ ਓਪਰੇਟ ਕਰਦੇ ਸੀਗੇ। ਮੋਡਸ ਓਪਰੈਂਡੀ ਇਹਨਾਂ ਨੇ ਏਟੀਐਮਸ 'ਤੇ ਖੜ ਜਾਣਾ, ਜਦੋਂ ਕੋਈ ਵਿਅਕਤੀ ਆਇਆ ਉਹਨੂੰ ਕਹਿਣਾ ਵੀ ਏਟੀਐਮ ਯੂਜ਼ ਕਰ ਰਿਹਾ, ਤਾਂ ਉਹਦੇ ਸ਼ੋਲਡਰ ਦੇ ਉੱਤੋਂ ਓਵਰਲੁੱਕ ਕਰਨਾ, ਉਹਦਾ ਏਟੀਐਮ ਸਵੈਪ ਕਰਨਾ, ਉਹਨੂੰ ਹੈਲਪ ਕਰਨ ਦੇ ਬਹਾਨੇ ਏਟੀਐਮ ਸਵੈਪ ਕਰਨ ਤੋਂ ਬਾਅਦ ਉਹਨੂੰ ਦੂਜਾ ਏਟੀਐਮ ਦੇ ਦੇਣਾ, ਫਿਰ ਉਹ ਏਟੀਐਮ ਦੇ ਥਰੂ ਪੈਸੇ ਵਿਦਡਰਾਅ ਕਰਨੇ। ਨਹੀਂ, ਇਹ ਹਜੇ ਤੱਕ ਹੀ ਸਾਨੂੰ ਪਤਾ ਲੱਗਿਆ, ਆਪ ਹੀ ਓਪਰੇਟ ਕਰਦੇ ਸੀ। ਅੱਡ ਅੱਡ ਡਿਸਟ੍ਰਿਕਟ, ਅੱਡ ਅੱਡ ਸਟੇਟਸ 'ਚ ਇਹਦੇ ਖਿਲਾਫ਼ ਮੁਕੱਦਮੇ ਦਰਜ ਨੇ। ਹੁਣ ਤੱਕ ਕਿੰਨੀ ਕੁ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਕੁਛ ਲੱਗਿਆ ਜੀ ਬਤਾਈ? 40 ਦੇ ਕਰੀਬ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ। ਜਿਹੜੇ ਆਪਣੇ ਮੋਹਾਲੀ ਜ਼ਿਲ੍ਹੇ ਦੇ ਵਿੱਚ, ਪੰਜਾਬ ਦੇ ਵਿੱਚ ਕਿੰਨਾ ਵਕਤ ਦੇ ਸਟੇਟ ਹੈਗੇ ਪੰਜਾਬ ਦੇ? ਕਿਹੜੇ ਕਿਹੜੇ ਸੂਬੇ ਜੀ ਉਹ ਜਿੱਥੇ ਪਹਿਲਾਂ ਮਾਮਲੇ ਚੱਲ ਰਹੇ ਨੇ? ਇਹਨਾਂ ਦੇ ਅੱਡ ਅੱਡ ਸੂਬਿਆਂ 'ਚ ਹੈ ਜੀ, ਉਹ ਅਸੀਂ ਅੱਡ ਅੱਡ ਸਟੇਟਸ ਤੋਂ ਡਾਟਾ ਕਲੈਕਟ ਕਰ ਰਹੇ ਹਾਂ। 7-8 ਮੁਕੱਦਮੇ ਨੇ, ਇਹ ਮੇਨਲੀ ਹਰਿਆਣਾ, ਯੂਪੀ ਅਤੇ ਮੱਧ ਪ੍ਰਦੇਸ਼। ਪਾਸਵਰਡ ਕਿਵੇਂ ਟਰੇਸ ਕਰਦੇ? ਇਹ ਸ਼ੋਲਡਰ ਦੇ ਉੱਤੋਂ ਓਵਰਲੁੱਕ ਕਰਕੇ ਪਹਿਲਾਂ ਪਾਸਵਰਡ ਲੈ ਲੈਂਦੇ ਸੀਗੇ। ਜਦੋਂ ਕੋਈ ਵਿਅਕਤੀ ਏਟੀਐਮ 'ਚ ਪੈਸੇ ਕਢਾਉਣ ਗਿਆ ਤਾਂ ਇਹਨਾਂ ਨੇ ਪਹਿਲਾਂ ਉਹਦੀ ਹੈਲਪ ਕਰਨ ਦੇ ਬਹਾਨੇ ਉਹਦਾ ਏਟੀਐਮ ਲੈਣਾ। ਮੋਸਟ ਆਫ ਦਾ ਟਾਈਮਸ ਕੀ ਹੁੰਦਾ ਸੀ, ਏਟੀਐਮ ਲੈ ਕੇ ਵੀ ਤੁਹਾਡੀ ਮੈਂ ਹੈਲਪ ਕਰ ਦਿੰਦਾ, ਪੈਸੇ ਕਢਾ ਦਿੰਦਾ, ਤਾਂ ਏਟੀਐਮ ਲੈ ਲਿਆ, ਉੱਥੋਂ ਪਾਸਕੋਡ ਪੁੱਛ ਲਿਆ ਅਤੇ ਉਹਨੂੰ ਪੈਸੇ ਕਢਾ ਕੇ ਫੜਾ ਤੇ ਏਟੀਐਮ ਚੇਂਜ ਕਰਤਾ। ਉਸ ਤੋਂ ਬਾਅਦ ਉਹ ਏਟੀਐਮ 'ਚੋਂ ਆਪ ਵਿਦਡਰਾਅ ਕਰੀ ਜਾਂਦੇ ਸੀ, ਕਿਉਂਕਿ ਇਹਨਾਂ ਕੋਲ ਜਿਹੜੀ ਡਿਟੇਲ ਸੀ ਉਹ ਆ ਜਾਂਦੀ।
ਇਹ ਅੱਡਾ ਡੀਟੀਐਮਸ ਤੇ ਕੀਤਾ ਜੀ। ਇਹਨਾਂ ਵੀ ਸੁਣ ਸਾਨ ਜਿਵੇਂ ਉੱਥੇ ਕਰਦੇ ਸੀ ਜਾਂ ਜਿਵੇਂ ਸਾਡੇ ਇੱਥੇ ਆਲਮੋ ਸਾਰੇ ਗਾਰਡ ਹੈਗੇ ਤਾਂ ਤੁਹਾਨੂੰ ਪੁੱਛਿਆ ਨਹੀਂ ਹਰ ਪਾਸੇ ਹੀ ਜੇ ਗਾਰਡਡ ਵੀ ਅਨਗਾਰਡਡ ਵੀ। ਸਰ ਜਿਹੜੀ ਇਹ ਸਵਾਈਪ ਮਸ਼ੀਨ ਯੂਜ਼ ਕਰ ਰਹੇ ਕਿਹੜੇ ਬੈਂਕ ਦੇ ਹੈ? ਇਹ ਜੀ ਇਹਦਾ ਡਾਟਾ ਅਸੀਂ ਰਿਕਵਰ ਕਰ ਰਹੇ ਹਾਂ। ਇੱਕ ਇਹਨਾਂ ਨੇ ਫਰਜ਼ੀ ਇੱਕ ਅਕਾਊਂਟ ਖੁਲਵਾਇਆ ਹੋਇਆ ਸੀ, ਉਹਦੇ ਨਾਲ ਇਹਨੂੰ ਅਟੈਚ ਕੀਤਾ ਹੋਇਆ ਸੀ। ਕਿਹੜੇ ਬੈਂਕ ਦੂਸਰਾ ਜੀ ਇੱਕ ਗਰੋਹ ਹੈ ਦੋ ਬੰਦਿਆਂ ਦਾ ਜਿਹੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਇਹ ਵੀ ਜੀਰਕਪੁਰ ਪਰਚਾ ਦਰਜ ਹੋਇਆ ਸੀ ਜੀ 23 ਸਤੰਬਰ ਨੂੰ। ਇਹਨਾਂ ਨੇ ਇੱਕ ਘਰ 'ਚ ਆ ਕੇ ਰਾਤ ਨੂੰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿੱਥੋਂ ਗੋਲਡ ਅਤੇ ਸਿਲਵਰ ਕਾਫੀ ਚੋਰੀ ਕਰਕੇ ਲੈ ਗਏ ਸੀ। ਇਹਨਾਂ ਬੰਦਿਆਂ ਨੂੰ ਅਸੀਂ ਫਿਰ ਆਪਣੇ ਸੋਰਸਿਸ ਦੇ ਥਰੂ, ਇਨਪੁੱਟਸ ਅਤੇ ਟੈਕਨੀਕਲ ਡਾਟੇ ਦੇ ਥਰੂ ਇਹਨਾਂ ਨੂੰ ਟਰੇਸ ਕੀਤਾ, ਟਰੇਸ ਕਰਕੇ ਅਰੈਸਟ ਕੀਤਾ, ਜਿਨ੍ਹਾਂ ਤੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਰਿਕਵਰ ਹੋਏ ਨੇ। ਇਹ ਅੱਡ ਅੱਡ ਗਹਿਣੇ ਨੇ ਜੀ ਇਹਦੇ 'ਚ। ਜਿਹੜੇ ਇਹ ਚੋਰ ਨੇ ਐਰੋ ਸਿਟੀ ਤੋਂ ਅਰੈਸਟ ਕੀਤੇ ਗਏ ਨੇ। ਹਜੇ ਤੱਕ ਦੋ ਹੀ ਸੀਗੇ ਜੀ ਇਹ, ਬਾਕੀ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਜੀ। ਪਹਿਲਾਂ ਹੀ ਰੇਕੀ ਕਰਕੇ ਦੇਖ ਲੈਂਦੇ ਸੀ ਜਿਹੜਾ ਘਰ ਖਾਲੀ ਹੈ। ਜਦੋਂ ਰਾਤ ਨੂੰ ਉਸ ਘਰ 'ਚ ਕੋਈ ਹੁੰਦਾ ਨਹੀਂ ਸੀ, ਆਪਾਂ ਨੂੰ ਪਤਾ ਲੱਗ ਗਿਆ ਇਹਨਾਂ ਨੂੰ ਕਿਸ ਤੋਂ ਇਨਫੋਰਮੇਸ਼ਨ ਆ ਗਈ, ਤਾਂ ਉਸ ਘਰ 'ਚ ਓਪਰੇਟ ਕਰ। ਇਹਨਾਂ ਦਾ ਵੀ ਪੁਲਿਸ ਰਿਮਾਂਡ ਹੋਇਆ ਕਿ ਨਹੀਂ? ਇਹਨਾਂ ਦਾ ਵੀ ਪੁਲਿਸ ਰਿਮਾਂਡ ਹੈ ਜੀ 4 ਦਿਨ ਦਾ।